ਮਾਂ ਜੀ 1 ਸਾਲ ਹੋ ਗਿਆ ਜੇ ਹਾਂਜੀ ਕੀ ਬਿਹਤਰੀ ਆਈ ਹੈ ਕੀ ਤਬਦੀਲੀ ਆਈ ਹੈ ਕੋਈ ਤਬਦੀਲੀ ਨਹੀਂ ਆਈ ਸ਼ਾਦੀ ਦੀ ਤਬਦੀਲੀ ਆਈ ਹੋਰ ਕੋਈ ਤਬਦੀਲੀ ਨਹੀਂ ਆਈ ਅਮਰਾ ਖਾਨ ਨੇ ਹੋਰ ਸ਼ਾਦੀ ਕਰ ਲਈ ਤਬਦੀਲੀ ਆ ਗਈ ਉਹ ਤਾਂ ਸਾਲ ਪਹਿਲੇ ਕੀਤੀ ਹੈ ਨਾ ਹਾਂ ਤੇ ਇੱਕ ਹੋਰ ਕਰ ਲੇਗਾ ਕੀ ਟੈਨਸ਼ਨ ਹੈ ਨਹੀਂ ਉਹ ਬਸ ਉਹਨਾਂ ਨੇ ਬ੍ਰੇਕ ਲਾਤੀ ਹੈ ਅੱਛਾ ਹਾਂਜੀ ਚਲੋ ਅੱਲਾ ਮੀਆਂ ਸਹੀ ਕਰ ਦੇਵੇ ਸਹੀ ਨਹੀਂ ਹੋ ਸਕਦੇ ਲੋਕੀ 100 ਰੁਪਏ ਕਿਲੋ ਭਿੰਡੀਆਂ ਨੇ ਕੀ ਕੋ ਗਰੀਬ ਆਦਮੀ ਖਾਏਗਾ ਹਾਂ ਹਰ ਚੀਜ਼ ਦਿਨ ਦਿਨ ਮਹਿੰਗੀ ਹੈ ਕੀ ਕੋ ਖਾਏਗਾ 300 ਰੁਪਈਏ ਢੱਲੀ ਪਿਆਜ਼ ਹੈ ਕੀ ਕੋ ਖਾਏਗਾ 50 ਰੁਪਏ ਕਿਲੋ 70 ਰੁਪਏ ਕਿਲੋ ਟਮਾਟਰ ਹੈ ਕੀ ਕੋ ਖਾਏਗਾ ਇਸ ਤੋਂ ਵੱਡੀ ਗਰੀਬੀ ਕਿਹੜੀ ਨਹੀਂ ਇੱਥੇ ਇੱਕ ਚਾਚੂ ਕਹਿ ਰਹੇ ਸੀ ਕਿ ਪਿਛਲੇ ਇੰਨਾ ਲੁੱਟ ਗਏ ਨੇ ਇਸ ਵਜ੍ਹਾ ਤੋਂ ਮਹਿੰਗਾਈ ਹੈ ਨਹੀਂ ਇਮਰਾਨ ਖਾਨ ਚਾਹੁੰਦਾ ਆਇਆ ਉਦੋਂ ਦੀ ਮਰਾਈ ਮਹਿੰਗਾਈ ਨਹੀਂ ਇਸ ਵਜ੍ਹਾ ਤੋਂ ਮਹਿੰਗਾਈ ਹੈ ਨਾ ਕਿ ਲੁੱਟਿਆ ਪਿੱਛਿਆਂ ਨੇ ਪੈ ਪਿਛਲਿਆਂ ਤਾਂ ਗਿਆ ਲੁੱਟਿਆ ਅਗਲਿਆਂ ਨੇ ਅੱਛਾ ਹਾਂ ਉਹ ਹੁਣ ਨਹੀਂ ਮਹਿੰਗਾਈ ਬਹੁਤ ਜ਼ਿਆਦਾ ਮਹਿੰਗਾਈ ਇੰਨੀ ਮਹਿੰਗਾਈ ਹੈ ਨਹੀਂ ਸੀ ਕੋਈ ਬੱਚੇ ਸਕੂਲ ਨਹੀਂ ਪੜ੍ਹਾ ਸਕਦਾ ਕੋਈ ਨਾਂ ਦਾ ਆਪਣਾ ਕੋਈ ਧੀ ਪੁੱਤਰ ਨਹੀਂ ਵਿਆਹ ਸਕਦਾ ਲੋਕਾਂ ਦੇ ਘਰਾਂ 'ਚ ਧੀਆਂ ਬੈਠੀਆਂ ਨੇ ਉਹ ਕੌਣ ਵਿਆਹੇਗਾ ਜੇ ਮਹਿੰਗਾਈ ਵਾਲਾ 400-500 ਰੁਪਈਆ ਦਿਹਾੜੀ ਲੈਂਦਾ ਉਹ ਰੋਟੀ ਖਾਏਗਾ ਕਿ ਬੱਚੇ ਵਿਆਹੇਗਾ ਨਹੀਂ ਖਾਨ ਸਾਹਿਬ ਨੂੰ ਆਪਸ ਦੀ ਗੱਲ ਸ਼ੌਕ ਹੈਗਾ ਕੰਮ ਕਰਨ ਦਾ ਉਹ ਚਾਹ ਰਹੇ ਨੇ ਕਿ ਮੈਂ ਕੰਮ ਕਰਾਂ ਕੋਈ ਮੈਨੂੰ ਮੁਝੇ ਟਾਈਮ ਮਿਲੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਦਿਓ ਮਹਿੰਗਾਈ ਕਰੀ ਜਾਂਦਾ ਟਾਈਮ ਕਿਹੜਾ ਦੇਈਏ ਤੂੰ ਦੱਸ ਉਹਨੂੰ ਕਹਿ ਇੱਕ ਦਿਨ ਸਾਡੀ ਗਲੀ 'ਚ ਤੇ ਆ ਕੇ ਰਹੋ ਕਿਸੇ ਘਰ ਹਾਂਡੀ ਪੱਕਦੀ ਕਿਸੇ ਘਰ ਨਹੀਂ ਪੱਕਦੀ ਆ ਕੇ ਵੇਖੇ ਸਹੀ ਕੀ ਹਾਲ ਹੈ ਲੋਕਾਂ ਦਾ ਇਹ ਹੁਣ ਉਹਨਾਂ ਨੇ ਮਰੀਅਮ ਬੀਬੀ ਫੜੀ ਹੈ ਇਹ ਵੀ ਕਹਿੰਦੇ ਸੀ ਚੋਰ ਸੀ ਉਹਨਾਂ ਨੇ ਮਰੀਅਮ ਨੂੰ ਫੜਿਆ ਉਹ ਵੀ ਚੋਰੀ ਕਰਦੀ ਸਨ ਉਹ ਨਹੀਂ ਚੋਰੀ ਕਰਦੀ ਗਲਤ ਗੱਲ ਹੈ ਅਸੀਂ ਕਸਮ ਸਾਨੂੰ ਤਿਆਰਾਂ ਨਹੀਂ ਕਰਦੀ ਮਰੀਅਮ ਬੀਬੀ ਕਹਿੰਦੀ ਸੀ ਮੇਰੀ ਪਾਕਿਸਤਾਨ 'ਚ ਕੀ ਪਾਕਿਸਤਾਨ ਦੇ ਬਾਹਰ ਮੇਰੀ ਕੋਈ ਪ੍ਰਾਪਰਟੀ ਨਹੀਂ ਤੇ ਉਹਨਾਂ ਦੀ ਪ੍ਰਾਪਰਟੀ ਤਾਂ ਨਿਕਲੀ ਹਾਂ ਤੇ ਕੱਢਣ ਫਿਰ ਜਿਹੜੀ ਨਿਕਲੀ ਕੱਢਣ ਪੁੱਤਰ ਜਿਹੜੀ ਨਿਕਲੀ ਉਹ ਕੱਢਣ ਹੋਰ ਕੀ ਕਰਨਾ ਨੇ ਪਰ ਲੋਕ ਗਰੀਬ ਮਰ ਗਏ ਨੇ ਭੁੱਖ ਨਾਲ ਤੇ ਕੀ ਮਸ਼ਵਰਾ ਦੇਵੋਗੇ ਖਾਨ ਸਾਹਿਬ ਖਾਨ ਸਾਹਿਬ ਨੂੰ ਇਹ ਮਸ਼ਵਰਾ ਦਾਂਗੇ ਤੂੰ ਵੀ ਸਾਡੀ ਤਰ੍ਹਾਂ ਮਿਹਨਤ ਕਰ ਤੇ ਖਾ ਪਤਾ ਲੱਗੇ ਤੈਨੂੰ ਵੀ ਮਿਹਨਤ ਕੀ ਚੀਜ਼ ਹੁੰਦੀ ਹੈ ਹੋਰ ਕੀ ਮਸ਼ਵਰਾ ਦਾਂਗੇ ਕੀ ਮਸ਼ਵਰਾ ਦਾਂਗੇ